धक्के प्रशासन कब्जा कर रहा मुर्दाबाद मुर्दाबाद जमीन के योग जमीन धक्के कब्जा करनी पंजाब सरकार मुर्दाबाद मेरा नाम लखविंदर कौर। अच्छा लिक्विड की होया की सी कल जड़ी ये वीडियो सामने आया कि ओदे विच सर इत्थे जदो अस पुज्जे आ पुलिस काफी पहुंच गई है, मतलब हजार दे लागे पुलिस सी। बाद च एक इत्थे बेटा सी डेरे दा जवान, उन्नू बड़ा कुटमार कर रहे। बाद च ओदी मम्मी नू इदां कुछ हो गया, वेख के छोटिया छोटिया गुड्डियां कहिंदी ना खड़ो ना खड़ो। अभी उधर सी, बाद च मेरे हस्बैंड दा मैनू पता नहीं लगा किहड़े वेले उह इत्थे आ गए आ घरों। उन्होंने मैनू घल्लिया ते बाद च मैं जदों इदां वेख्या वापस तो उन्होंने थले सुटिया होया, पर ना जी उन्होंने पग सी वो पैरा सी, तो मतलब उन्होंने कुटन मारन रहे ही। तो उन्होंने बाद जो कुटमार कर रहे तो मैं पहुँच गई उत्थे, तो मैं अटैक होया मसा अं बचाए आ। तो सर इस करके जो मैं उन्होंने कहा क्यों मारे क्यों मारे, तो सर पुलिस वाले ने मेरे भी थप्पड़ मारे बहुत जोर से, जो थप्पड़ मारे सर। तो बाद फिर उन्होंने परना पुरना सारे दिता, होर भी बंदे लागे उन्होंने कहा ना मारो ना मारो, कि ने ठाया कि ने पानी दिता। तो सर अं घरों भी इदा वा, जमीन भी साड़ी वेच वा, कुछ सानू बैलेंस कोई पूरा नहीं मिल रहा, मतलब बैलेंस जिहड़ा वा कम दे रहे आ। तो सानू पैसे भी फुल चाहिए आ सारिया, तो साडे नाल धक्केशाही हो रही है सर। सानू ये इंसाफ चाहिए, सानू पुलिस वाले ने क्यों मारिया मेरे हस्बैंड नू, मैनू क्यों चपेड़ा मारिया, सानू इंसाफ मिलना चाहिए। ਅੜੀ ਕਿੰਨੀ ਜਗ੍ਹਾ ਜ਼ਮੀਨ ਆ ਰਹੀ ਹੈ ਸਰ? 1.5 ਏਕੜ। ਇਹ ਮੇਰਾ ਬੇਟਾ ਬਿਮਾਰ ਹੈ 6 ਸਾਲ ਤੋਂ, ਇਹ 4 ਸਾਲ ਤੋਂ ਬਿਮਾਰ ਹੈ, ਹਾਰਟ ਦਾ ਪੇਸ਼ੈਂਟ ਆ। ਇਹ ਹਸਬੰਡ ਨੇ ਤਾਂ ਹਾਂਜੀ ਹਾਂਜੀ ਇਹ ਹਾਰਟ ਅਟੈਕ ਵੀ ਇੱਕ ਵਾਰ ਤੁਹਾਡੇ ਨਾਲ ਕਰ ਲੈਨੇ ਆ। 10-15 ਗੱਡੀਆਂ ਆਈਆਂ ਪੁਲਿਸ ਦੀਆਂ, ਗਾੜੀ ਅਸੀਂ ਗਏ ਆ, ਪੈਕ ਲੋਕ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ, ਉਹ ਸਾਨੂੰ ਡਾਂਗਾਂ ਡੂੰਗਾਂ ਦੇ ਨਾਲ ਭਜਾਇਆ ਉਹਨਾਂ ਨੇ, ਗਾੜੀ ਗਾੜੀ ਮੋਟਰਸਾਈਕਲ ਵਾਲਿਆਂ ਨੂੰ ਭਜਾਇਆ ਉਹਨਾਂ ਨੇ, ਗਾੜੀ ਮੁੰਡਿਆਂ ਨੂੰ ਭਜਾਇਆ ਗਾੜੀ। ਇਹ ਵਿਚਾਰੇ ਇਹਨਾਂ ਨੂੰ ਫੋਨ ਕੀਤੀ, ਸਾਡੇ ਸਾਂਝ ਵਾਲੇ ਆਏ, ਇਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਵੀ ਆ ਜਾਓ, ਇਹ ਆਏ ਆ, ਅਤੇ ਇਹਨੂੰ ਆਉਂਦਾ ਇਹਨੇ ਇੱਕ ਮਤਲਬ ਮਾੜੀ ਜਿਹੀ ਗਾਲ ਕੱਢੀ ਆ ਵੀ ਤੁਸੀਂ ਇਹ ਕਿਉਂ ਕਰਨ ਰਹੇ ਜੇ, ਇਹਨੂੰ ਫੜ ਕੇ ਢਾ ਲਿਆ ਉਹਨਾਂ ਨੇ। ਅਤੇ ਉਹ ਬੀਬੀ ਗਾੜੀ ਹੋਈ ਆ, ਅਤੇ ਉਹਨਾਂ ਨੇ ਪੁਲਿਸ ਵਾਲੇ ਨੂੰ ਚਪੇੜ ਮਾਰੀ। ਕਿਹੜੇ ਪਿੰਡ ਦੀ ਜ਼ਮੀਨ ਹੈਗੀ ਇਹ? ਚੀਮਾਖੁੜੀ ਦੀ, 1.5 ਕਿੱਲਾ ਮੇਰੀ ਜ਼ਮੀਨ ਆ, 1.5 ਕਿੱਲਾ ਹੀ ਮੇਰੀ ਵਿੱਚ ਆਉਣ ਰਹੀ ਹੈ। ਇਹਨਾਂ ਦੀ ਵੀ ਇੰਨੀ ਜ਼ਮੀਨ? ਇਹਨਾਂ ਦੀ ਵੀ 1.5। ਕਿੰਨਾ ਮੁੱਲ ਮਿਲਦਾ ਪੈਦਾ? 37 ਸਾਨੂੰ ਬੜੇ ਚਿਰਾਂ ਦੇ ਅੜੇ ਆ ਵੀ 37 ਲੱਖ ਹੀ ਦੇਣਾ ਵਾ, ਅਤੇ ਇੰਨਾ ਕਢਾਓ, ਅਸੀਂ ਨਹੀਂ ਕਢਾਇਆ, ਅਸੀਂ ਅੜੇ ਹਾਂ ਵੀ ਇਹਨਾਂ ਨੇ ਜ਼ਬਾਨ ਕੀਤੀ 1 ਕਰੋੜ ਤੇ 18 ਲੱਖ, ਉਹ ਜ਼ਬਾਨ ਤੋਂ ਨਹੀਂ ਮੁੱਕਰੇ, ਅਤੇ ਮਤਲਬ ਮੁੱਕਰ ਗਏ ਆ ਅਤੇ ਸਾਨੂੰ ਨਹੀਂ ਦਿੰਦੇ। ਜਗੀਰ ਸਿੰਘ, ਜਗੀਰ ਸਿੰਘ ਜੀ ਕੀ ਹੋਇਆ ਕੀ ਸੀ ਕੱਲ ਜਦੋਂ? ਹੋਇਆ ਕਿ ਜਦੋਂ ਇਹਨਾਂ ਨੂੰ ਮੈਂ ਘਰੋਂ ਗੁਲਾਇਆ, ਮੈਂ ਗਿਆ ਉੱਥੇ ਬੁਲਾ ਰਹੇ ਆ, ਅਮਰ ਜੀ ਨੇ ਆ ਗਿਆ ਅਤੇ ਇਹ ਆ ਗਿਆ, ਅਤੇ ਇਹ ਗਏ ਨਹੀਂ ਛੇਤੀ, ਅਤੇ ਮੈਂ ਜਦੋਂ ਗਿਆ ਇਹਨਾਂ ਨੂੰ ਮੇਰੇ ਸਾਹਮਣੇ ਥੱਪੜ ਮਾਰਿਆ, ਅਤੇ ਮੁੜ ਕੇ ਮੈਂ ਗਿਆ ਇਹਨੂੰ ਕਿਉਂ ਮਾਰਦੇ ਹਾਂ, ਮੈਨੂੰ ਵੀ ਫੜ ਕੇ ਤੂੰ ਹੈ ਗਿਆ ਉੱਥੇ ਥੱਲੇ ਪੁੰਜੇ ਉੱਡਿਆ, ਮੇਰੀ ਪੱਗ ਲਾ ਕੇ ਥੱਲੇ ਛੁੱਟੀ ਇਹਨੂੰ। ਤੁਹਾਡੀ ਕਿੰਨੀ ਜ਼ਮੀਨ ਹੈਗੀ ਹੈ ਅਤੇ ਕਿੰਨਾ ਮੁੱਲ ਮਿਲਦਾ ਪਿਆ? जमीन सारी मेरी 1.5 ਏਕੜ वा। 1.5 ਏਕੜ? हाँ जी। ਜਿੰਨਾ ਜ਼ਬਾਨ ਕੀਤੀ।